ਅਮਰੀਕਨ ਕਬੱਡੀ ਫੈਡਰੇਸ਼ਨ, ਪੰਜਾਬੀ ਵਿਰਸਾ ਸਪੋਰਟਸ ਐਸੋਸੀਏਸ਼ਨ ਅਤੇ ਬੇਗੋਵਾਲ ਵੈਲਫੇਅਰ ਇੰਟਰਨੈਸ਼ਨਲ ਸੁਸਾਇਟੀ ਨਿਊਯਾਰਕ ਵੱਲੋਂ 7ਵਾਂ ਇੰਟਰਨੈਸ਼ਨਲ ਕਬੱਡੀ ਕੱਪ 2018 23 ਸਪਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ 127 ਸਟਰੀਟ ਐਟਲਾਂਟਿਕ ਐਵੀਨਿਊ ਸਾਊਥ ਰਿਚਮੰਡ ਹਿੱਲ ਨਿਊਯਾਰਕ 11419 ਸਮੋਕੀ ਪਾਰਕ ਕੁਈਨਸ ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ। ਇਸ ਕਬੱਡੀ ਕੱਪ ਦੇ ਵਿੱਚ ਮੁੰਡਿਆਂ ਦੀਆਂ ਟੀਮਾਂ ਨਿਊਯਾਰਕ, ਇੰਗਲੈਂਡ, ਕੈਨੇਡਾ ਅਤੇ ਕੈਲੀਫੋਰਨੀਆ ਤੋਂ ਭਾਗ ਲੈਣਗੀਆਂ। ਇਸੇ ਦੇ ਨਾਲ ਹੀ ਕੁੜੀਆਂ ਦੀ ਟੀਮਾਂ USA ਅਤੇ ਮੈਕਸੀਕੋ ਤੋਂ ਭਾਗ ਲੈਣਗੀਆਂ। ਵਧੇਰੀ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰੋ ਮੋਹਿੰਦਰ ਸਿੰਘ ਸਿੱਧੂ, ਪ੍ਰੈਜ਼ੀਡੈਂਟ 5165039641 ਅਤੇ ਪਿੰਦਾ ਬੇਗੋਵਾਲ 9175432168।